पेड़ कलैपा करके जो बरकता नहीं तो चौड़ पड़े सोलो डोलो मुंह करके पौं के व्यू बना दी पई आ ਤੁਸੀਂ ਸਾਲੇ ਉਹਨੇ ਕਰਕੇ ਦੁਨੀਆ ਚ ਮੈਂ ਦੇਖ ਲਿਆ ਐਡੀ ਫੁੱਦੂ ਦੁਨੀਆ ਆ ਗਈ ਭੈਣ ਚੋ ਉਹਦੀ ਮਿੱਟੀ ਪਲੀਤ ਪੀਤੀ ਵੀ ਮਿੱਟੀ ਪਲੀਤ ਕੀਤੀ ਵੀ ਮਿੱਟੀ ਕੋਈ ਕਹਿੰਦੇ ਅੱਜ ਕੱਲ ਸੋਚ ਕੈਨੇਡਾ ਵਰਗੀ ਹੋ ਗਈ ਹੈ ਲੋਕਾਂ ਦੀ ਇਹ ਉਹ ਕੱਪੜੇ ਦੇ ਛੋਟੇ ਹੁੰਦੇ ਚਲੇ ਗਏ ਦੁਨੀਆ ਵੀ ਭੈਣ ਚੋ ਲੱਗੀ ਉੱਥੇ ਉਹਨੇ ਭੇਜੀ ਵੀਡੀਓ ਪਾਈ ਕਮੈਂਟ ਪਾਉਣ ਲੱਗੀ ਮੈਂ ਸਲਾਮ ਬੋਲਦਾ ਭੂਸੇ ਜੰਮਣ ਗਿਆ ਜੰਮਣ ਉਹ ਤੁਹਾਡੀ ਭੈਣ ਦਾ ਤੁਹਾਡੀ ਦਾ ਬੇੜਾ ਗਰਕ ਹੋ ਰਿਹਾ ਸਾਲੇ ਉਹ ਤੇ ਮੈਂ ਵੀ ਅੱਜ ਮੈਂ ਤੁਹਾਡੇ ਵਰਗਾ ਬਣ ਕੇ ਜਿਹੜਾ ਤੁਸੀਂ ਕਮੈਂਟ ਕਰਦੇ ਹੋ ਨਾ ਮੈਨੂੰ ਤੁਹਾਨੂੰ ਕਮੈਂਟ ਕਰਦਾ ਅੱਜ ਭੈਣ ਚੋ ਤੋ ਤੁਸੀਂ ਆਪਣੀ ਮਾਂ ਨੂੰ ਵੀਡੀਓ ਦਿਖਾਈ ਹੋਣੀ ਹੋ ਅਗਰ ਤੁਹਾਨੂੰ ਤਾਂ ਤੁਹਾਨੂੰ ਵੀ ਸਭ ਨੇ ਵੀਡੀਓ ਦਿਖਾਈ ਹੋਣੀ ਆ ਤੁਸੀਂ ਕਿਹੜਾ ਭੈਣ ਇਹਦੀ ਭੈਣ ਚੋ ਦਾਂ ਕਿਉਂ ਟਕਾ ਕੇ ਜਿਹੜਾ ਗਾਲਾਂ ਗੂਲਾਂ ਤੋਂ ਪਰਹੇਜ਼ ਕਰਦਾ ਉਹ ਲਾਈਵ ਦੇ ਵਿੱਚੋਂ ਚੱਲ ਜਾਓ ਇਹਦੀ ਹੁਣ ਭੈਣ ਚੋ ਦਾਂਗੇ ਟਕਾ ਕੇ ਅਸੀਂ ਠੀਕ ਆ ਇਸ ਭੈਣ ਦੇ ਲੋੜੇ ਖੱਚ ਦੀ ਇਹਨੂੰ ਟੈਗ ਕਰੋ ਇਹਨੂੰ ਕਿਹਾ ਪਾਪੇ ਹੁਣੇ ਤੇਰੇ ਲਾਈਵ ਆਏ ਹੋਏ ਆ ਤੇਰੀ ਵੀਡੀਓ 'ਤੇ ਆ ਜਾ ਉੱਥੇ ਗੱਲ ਕਰ ਭੋਸੜੀ ਜਾਉਣ ਦਾ ਇਹ ਤਾਂ ਫੁੱਦੂ ਆ ਸਹੀ ਗੱਲ ਆ ਫਰੈਸ਼ੀ ਉੱਡ ਬਈ ਇਹਦੀ ਭੈਣ ਕੱਢਣੀ ਆ ਟਕਾ ਕੇ ਭੈਣ ਦੇ ਲੋੜੇ ਦੀ ਤੂੰ ਤਾਂ ਤੁਰੇ ਤੁਹਾਡੀਆਂ ਮਾਵਾਂ ਨੇ ਵੀ ਪੱਕਾ ਵੀਡੀਓ ਦੇਖੀ ਹੋਣੀ ਹੈ ਇੱਕ ਆਂਟੀ ਨੇ ਵੀਡੀਓ ਗਾਣਾ ਕੱਢ ਰਹੀ ਸ਼ਾਇਦ ਲੈ ਸੁਣ ਲਓ ਸੁਣ ਲਓ ਤੁਹਾਡਾ ਬੇੜਾ ਗਰਕ ਹੋ ਜੇ ਤੁਹਾਡਾ ਇਹ ਸੁਣ ਲਓ ਭੈਣ ਦੇ ਲੋੜੇ ਦੀ ਗੱਲ ਸਾਰਿਆਂ ਨੇ ਵੀਡੀਓ ਦੇਖੀ ਆ ਮੈਂ ਨਹੀਂ ਕਹਿੰਦਾ ਮੇਰੀ ਮਾਂ ਨੇ ਵੀਡੀਓ ਦੇਖੀ ਜਾਂ ਨਹੀਂ ਦੇਖੀ ਤੇਰੀ ਮਾਂ ਨੇ ਦੇਖੀ ਹੋਣੀ ਆ ਭੈਣ ਦੇ ਲੋੜੇ ਪੁੱਛਦਾ ਤੇ ਇਦਾਂ ਫਿਰਦਾ ਸੀ ਤੇਰੀ ਮਾਂ ਤੂੰ ਭੈਣ ਦਾ ਲੌੜਾ ਆ ਸੁਣ ਲੋ ਆ ਘੂਸੜ ਕੀ ਬੋਲੀ ਜਾਂਦਾ ਭੈਣ ਦਾ ਯਾਰ ਇਹਨੂੰ ਟੈਗ ਕਰੋ ਭੈਣ ਚੋਦ ਨੂੰ ਇਹਨੂੰ ਕਿਹਾ ਬੁੜੇ ਤੇਰੇ ਲਾਈਵ ਆਇਆ ਆ ਜਾ ਲਾਈਵ ਚ ਗੁਰਲਾਲ ਬਾਬਾ ਇਹਨੂੰ ਟੈਗ ਕਰੋ ਭੈਣ ਚੋਦ ਨੂੰ ਕੀ ਮੂੰਹ ਚ ਲੰਨ ਪੈ ਗਿਆ ਭੈਣ ਦੇ ਲੋੜੇ ਮੂੰਹ ਸੁਸੂ ਸੁਸੂ ਕਰਨ ਲੱਗ ਗਏ ਭੋਸੜੀ ਦਾ ਖੱਚ ਆ ਪਿੱਛੇ ਬੈਠੀ ਉਦੋਂ ਦੇ ਮੂੰਹ ਅੱਡ ਲਿਆ ਬਈ ਪਾ ਲਓ ਜੀ ਨੇ ਇਹਦੇ ਮੂੰਹ ਚ ਪਾਉਣਾ ਯੂਟਿਊਬ ਤੇ ਵੀਡੀਓ ਫੁੱਦੂ ਬਣਾ ਅੱਜ ਪਤਾ ਲੱਗਾ ਇਹ ਰੀਲਾਂ ਚ ਵੀ ਸਾਰਿਆਂ ਸਹੀ ਗੱਲ ਹੈ ਵੀਰੇ ਬਿਲਕੁਲ ਸਹੀ ਗੱਲ ਹੈ ਫਰੈਸ਼ੀ ਉੱਡ ਬਾਈ ਇਹਨੂੰ ਭੈਣ ਚੋਦ ਨੂੰ ਟੈਗ ਕਰੋ ਤੇ ਇਹਨੂੰ ਭੈਣ ਦੇ ਲੋੜੇ ਨੂੰ ਲੈ ਕੇ ਆਓ ਲਾਈਵ ਦੇ ਵਿੱਚ ਇਹਦੀ ਕਰਦੇ ਆ ਖੱਚ ਲੈ ਆ ਦੇਖ ਲਓ ਏਦਾਂ ਭੈਣ ਦੇ ਲੋੜੇ ਦੀਆਂ ਐਡਾਂ ਦੇਖ ਲਓ ਇੱਕ ਐਡ ਪਹਿਲਾਂ ਇੱਕ ਆ ਹੋਰ ਆ ਗਈ ਹੁਣ ਇਹਨੂੰ ਪੁੱਛਣ ਵਾਲਾ ਹੋਵੇ ਕਿਹੜੇ ABP ਨਿਊਜ਼ ਵਾਲਿਆਂ ਦੇ ਥੰਮ ਨੇ ਲਾ ਕੇ ਨਿਊਜ਼ ਚੱਲਦੀ ਆ ਕੀ ਭੌਂਕੀ ਜਾਂਦਾ ਭੈਣ ਦਾ ਲੋੜਾ ਸਸਤੇ ਨਸ਼ੇ ਕਰਕੇ ਬਹਿ ਜਾਂਦਾ ਇਹ ਭੈਣ ਦਾ ਲੋੜਾ ਵਾਕੇ ਉਹ ਇੱਕ ਬਾਈ ਕਮੈਂਟ ਕਰ ਦਿੰਦਾ ਕਿ ਡਰਾਮਾ ਡੋਲ ਖਾਂਦਾ ਇਹ ਡਰਾਮਾ ਡੋਲ ਵਾਲਾ ਹੀ ਆ ਭੈਣ ਦਾ ਲੋੜਾ ਦੁੱਧ ਫੜੀ ਮੰਨੂਗਾ ਤੁਹਾਨੂੰ ਤੁਸੀਂ ਕਹਿੰਦੇ ਹੋ ਚੰਗੇ ਵਲੌਗਰ ਬਣੋ ਗੁਰਦੁਆਰੇ ਤੁਸੀਂ ਵੀ ਚੰਗੇ ਪੀ ਜਾਣੇ ਬਣ ਜਾਓ ਤੁਸੀਂ ਵੀ ਗੁਰਦੁਆਰੇ ਦੀ ਵੀਡੀਓ ਪਾ ਕਰੋ ਤੁਸੀਂ ਘੁੰਮਣ ਵਾਲੀ ਵੀਡੀਓ ਪਾ ਕਰੋ ਤੁਸੀਂ ਜੁੜੀ ਭੈਣ ਚੋਂ ਗੰਦ ਦਿਖਾਉਂਦੇ ਲੋਕਾਂ ਨੂੰ ਕੁੜੀਆਂ ਨੇ ਚੱਕ ਚੱਕ ਕੇ ਤੁਸੀਂ ਮੈਂ ਵਿੱਚ ਬਸ ਵੀ ਇਹਦੇ ਜਿੰਨੇ ਵੀ ਵਲੌਗ ਆ ਇਹਦੇ ਸਾਰੇ ਵਲੌਗ ਜਿਹੜੇ ਹੁਣ ਡੇਲੀ ਚੱਲਦੇ ਪਏ ਆ ਕੁੱਲੜ ਪੀ ਦੇ ਤੀ ਚੱਲਦੇ ਪਏ ਆ ਇਹਦੇ ਸਾਰੇ ਵਲੌਗ ਹੁਣ ਇਹਨੂੰ ਐਡ ਕਰੋ ਯਾਰ ਤੁਸੀਂ ਬਸ ਇਹਨੂੰ ਐਡ ਕਰੋ ਭੈਣ ਚੋਂ ਤੈਨੂੰ ਪੁੱਛਿਆ ਕਿਸੇ ਨੇ ਤੂੰ ਨਾ ਆਪਾਂ ਵੀਡੀਓ ਅਸੀਂ ਨਹੀਂ ਦੇਖਣਾ ਸਾਨੂੰ ਉਲਟੀ ਆ ਜਾਂਦੀ ਤੈਨੂੰ ਦੇਖ ਕੇ ਤੈਨੂੰ ਗੰਦ ਨੂੰ ਦੇਖਣ ਆਉਂਦੇ ਪਬਲਿਕ ਕੀਤਾ ਸਾਰਾ ਕੁਛ ਅਸੀਂ ਤਾਂ ਤੁਹਾਡੇ ਲਈ ਬੋਲਦੇ ਆ
टॉप दिखाना सी अज पैंट टॉप इन्हें अज अपना टॉप दिखाना सी व्लॉग दे विच तां ही टॉप दे उत्ते ज्यादा जोर लाई जांदी है वी इहदा टॉप देख लो यार इहदा टॉप देख लो सही है मां चो कलिप डिलीट की जे तू सचा मैं ते भैन दे लौड़े क्लिप रख ओ डिलीट क्यों की फुदी जा क्लिप कुत्ते अगला कुछ कर नहीं सकता हर एक को चलो छो वीडियो डिलीट कर दो मेरी मां ने भी कहा वा सारे ने कहा न्यूज़ा ने छड़े मगर ब्लर गंदे थंबे ला गया तू तू भैन चोदिया ए नहीं कहा जी तू ए पुछया के मम्मी कुल्लड़ पीजे वाले दी तू वीडियो देखी आ तू फुदी जाण दा ए पुछया सी सबूत हैगा दिखावा सुनना सच्चा ना बण भैन दे लौड़िया कुत्तिया जेड़ी गल कही सी ना ओ गल बोल इत्थे ਤੁਹਾਡੀਆਂ ਮਾਵਾਂ ਨੇ ਨੀ ਦੇਖਿਆ ਤੁਹਾਡੀਆਂ ਭੈਣਾਂ ਨੇ ਕੱਲੀ ਕੱਲੀ ਜੋ ਵੀਡੀਓ ਦੇਖੀ ਹੋਣੀ ਮੈਂ ਸ਼ਰਤ ਨਾ ਕਹਿੰਦਾ ਮੇਰੇ ਮੂੰਹ ਨੂੰ ਥੁੱਕ ਦੇ ਤੁਹਾਡੀ ਅਸੀਂ ਦੇਖੀ ਹੈ ਯਾਰ ਤੇਰੀ ਵੀਡੀਓ ਤੇਰੀ ਤੇ ਤੇਰੀ ਘਰ ਵਾਲੀ ਦੀ ਵੀਡੀਓ ਦੇਖੀ ਆ ਅਸੀਂ ਦੋਨਾਂ ਹੀ ਦੇਖੀ ਆ ਇਹਨੇ ਵੀਡੀਓ ਨਹੀਂ ਦੇਖੀ ਹੋਣੀ ਉਹ ਫਿਰ ਮੈਂ ਆਪਣੀ ਭੈਣ ਤੋਂ ਫੋਨ ਖੋਲੋ ਜੀ ਤੁਹਾਡੀ ਐਡੀ ਜੁੜਤ ਨਾ ਇੱਕ ਮਾਵਾਂ ਦੇ ਇੱਕ ਪਿਓ ਦੇ ਹੋ ਆਪਣੀ ਭੈਣ ਤੋਂ ਫੋਨ ਖੋਲੋ ਫਿਰ ਨਹੀਂ ਜੀ ਮੈਨੂੰ ਕਹਿੰਦੇ ਆ ਤੁਹਾਡੀਆਂ ਥੱਲੇ ਕੁੜੀਆਂ ਵੀ ਕਮੈਂਟ ਕਰ ਰਹੀਆਂ ਤੁਸੀਂ ਵੀ ਵੀਡੀਓ ਦੇਖੀ ਆ ਫਿਰ ਚੱਲ ਦੀ ਵੀਡੀਓ ਕਮੈਂਟ ਕਰ ਦਿੰਦੇ ਨੇ ਮਾੜੇ ਮਾੜੇ ਤੁਹਾਡੇ ਫੋਲੋਵਰ ਨਹੀਂ ਹੈਗੇ ਤੁਹਾਨੂੰ ਬਲੌਗ ਰਿਕਾਰਡ ਕਰਦਾ ਪਿਆ ਉਹਦੇ ਚ ਇਹਨੂੰ ਕਮੈਂਟ ਆਈ ਜਾਂਦੇ ਆ ਭੈਣ ਚੋਦ ਕੈਮਰੇ ਵਾਲੀ ਵੀਡੀਓ ਚ ਇਹਨੂੰ ਪਤਾ ਨੀ ਕੌਣ ਕਮੈਂਟ ਕਰਦਾ ਹਜੇ ਫੁੱਦੀ ਉਹ ਤੂੰ ਨਾ ਖਾਇਆ ਕਰ ਪਾਮਾ ਡੋਲ ਭੈਣ ਦੇ ਲੋੜਿਆ ਨਾ ਖਾਇਆ ਕਰ ਚੱਕਦੇ ਨਹੀਂ ਸਾਡੇ ਮਾੜੇ ਮੋਟੇ ਫੋਲੋਵਰ ਆ ਫੋਲੋਵਰ ਨੂੰ ਤੁਸੀਂ ਚੱਕ ਲੈਣ ਕਿੰਨੇ ਆ ਦੀ ਸਾਡੇ ਤੁਸੀਂ ਅਲੇ ਕਿੰਨੇ ਕੱਪੜਾਂ ਦੇ ਆਰਡਰਾਂ ਦੀ ਵੀਡੀਓ ਲੀਕ ਹੋਈ ਆ ਉਹ ਅਗਲੇ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਹੈਗੇ ਉਹਨਾਂ ਦੀ ਗੱਲਾਂ ਦੱਪੀਆਂ ਦੀ ਉਹਨਾਂ ਦੀ ਮਿੱਟੀ ਬਲੇਸ ਕੀਤੀ ਕਿਉਂਕਿ ਉਹ ਸੋਸ਼ਲ ਮੀਡੀਆ ਤੇ ਐਕਟਿਵ ਆ ਬਸ ਇਹ ਹੱਦ ਤੋਂ ਵੱਧ ਭੈਣ ਦੇ ਲੋੜਿਆ ਇੰਨੇ ਵਲੌਗ ਚਾੜਤੇ ਕੁੱਲੜ ਪੀਜੇ ਤੇ ਇੰਨੇ ਵਲੌਗ ਚਾੜਤੇ ਸਾਲਿਆ ਗੱਲਾਂ ਦਾ ਤੂੰ ਲੋਕਾਂ ਤੱਕ ਪਹੁੰਚਾਉਣਾ ਪਿਆ ਕਿ ਕਿਹੜੀ ਗੱਲ ਦਾ ਕੀ ਮੁੱਦਾ ਹਰ ਇੱਕ ਨੇ ਇੱਕ ਇੱਕ ਵੀਡੀਓ ਪਾਈ ਆ ਭੈਣ ਦੇ ਆਈ ਯਾਰਾ ਖੱਚੇ ਤੇ ਭੈਣ ਚੋਦਾ ਅਗਲੇ ਨੇ ਸਪੋਰਟ ਦੇ ਵਿੱਚ ਇੱਕ ਇੱਕ ਵੀਡੀਓ ਪਾ ਕੇ ਗੱਲ ਮੁਕਾਤੀ ਠੀਕ ਆ ਤੈਨੂੰ ਤਾਂ ਵਿਊ ਦੇ ਚੱਕਰਾਂ ਦੇ ਵਿੱਚ ਭੈਣ ਚੋਦਾ ਤੂੰ ਵਿਊ ਲੈਣ ਦਾ ਮਾਰਾ ਵੀਡੀਓ ਤੇ ਵੀਡੀਓ ਹੀ ਪਾਈ ਇਹਨੇ ਕੁੱਲੜ ਪੀਜੇ ਵਾਲਿਆਂ ਦੇ ਚੱਲ ਰਿਹਾ ਸਾਡੇ ਇੱਥੇ ਮੂੰਹ ਦੇਖ ਲੋ ਕਿੱਡਾ ਨੰਨੇ ਨੇ ਮੰਮੇ ਨੂੰ ਕਿਹਾ ਕਿ ਮੰਮੇ ਵੀਡੀਓ ਦੇਖੀ ਆ ਕਹਿੰਦੀ ਨੰਨੇ ਇੱਥੇ ਨੰਨਾ ਸਹੀ ਆ ਨੰਨੇ ਨੇ ਮੰਮਾ ਨੂੰ ਕਿਹਾ ਇਹ ਨੰਨੇ ਮੰਮਾ ਪੱਪਾ ਟੱਟਾ ਛੱਛਾ ਖੱਖਾ ਨਾਮ ਨੀ ਹੈਗੇ ਇਹਨਾਂ ਕੋਲੇ ਭੈਣ ਚੋਦਾਂ ਕੋਲੇ ਨੰਨਾ ਦਾ ਲੱਲਾ ਲੱਲਾ ਫਲੋੜਾ ਮੂੰਹ ਦੇਖ ਲੋ ਤੇਰੇ ਤੋਂ ਨੀ ਬਈ ਭੈਣ ਚੋਦਾ ਤੂੰ ਨੀ ਬਾਈ ਸ਼ੁਭ ਲਈ ਵੀਡੀਓ ਕੁੱਲੜ ਤਾਂ ਆਪਦੇ ਘਰੇ ਪੁੱਛਣ ਚਲ ਗਿਆ ਛੁੱਭ ਲਈ ਤੂੰ ਕਿੰਨਾ ਕੁ ਸਪੋਰਟ ਚ ਖੜਾ ਵਾ ਤੂੰ ਦੱਸ ਦੇ ਭੈਣ ਦੇ ਲੋੜਿਆ ਬਕਵਾਸ ਕਰੀ ਜਾਂਦਾ ਜੇ ਛੁੱਭ ਲਈ ਹਰ ਇੱਕ ਪੇਜ ਵਾਲਾ ਪਾਉਂਦਾ ਪਿਆ
ਹਰ ਇੱਕ ਪੇਜ ਵਾਲਾ ਖੜਾ ਚੁੱਭਦੇ ਹੱਕ ਚ, ਹਰ ਇੱਕ ਪੰਜਾਬੀ ਖੜਾ ਚੁੱਭਦੇ ਹੱਕ ਚ, ਗੰਦ ਤੋਂ ਨੀ ਖੜੇ ਭੈਣ ਦਾ ਲੋੜਾ। ਬੋਲੋ ਕੁੱਤੇ ਹੋ, ਅੱਜ ਭੈਣ ਚੋ ਮੈਨੂੰ ਵੀ ਬੇਸ਼ਰਮ ਕੀਤਾ ਤੁਸੀਂ ਬੋਲਣ ਲੱਗੇ, ਮਾਂ ਦੀ ਗੱਲ ਨੀ ਬਰਦਾਸ਼ਤ ਹੁੰਦੀ ਭੈਣ ਚੋ, ਤੋ ਸਮਝ ਲੱਗੀ? ਇਸ ਤੋਂ ਪਹਿਲਾਂ ਸੁਣ ਲਓ ਭੈਣ ਦਾ, ਜਿਹੜੀ ਆ ਗਾਲਾਂ ਵਾਲੀ ਸਿਸਟਮ ਜੇ ਸ਼ੁਰੂ ਹੋਇਆ, ਇਸ ਤੋਂ ਪਹਿਲਾਂ ਆਪਾਂ ਕਵਾਂਗੇ ਜ਼ਰੂਰ ਕਿ ਕੁੜੀਆਂ ਅਕਲ ਅਕਲ ਦੇਖ ਲਓ ਅਕਲ। ਅੱਛਾ ਹੁਣ ਸਲਾਹ ਦੇਖੋ ਕੌਣ ਦੇਣ ਲੱਗਿਆ, ਘਰ ਵਾਲੀ ਨਾਲ ਬੈਠੀ ਆ, ਮਾਂ ਭੈਣ ਦੀਆਂ ਗਾਲਾਂ ਲੋਕਾਂ ਨੂੰ ਕੌਣ ਕੱਢਦਾ ਪਿਆ, ਤੇ ਸਲਾਹ ਕੌਣ ਦੇਣ ਲੱਗੀ ਆ, ਸੁਣ ਲਿਓ ਕੀ ਕਹਿੰਦੀ ਆ। ਕਹਿੰਦਾ ਅੱਜ ਬਿਸ਼ਰਮ ਹੋਇਆ ਭੈਣ ਚੋਦੇ ਨੇ ਸਾਲੇ ਬਿਸ਼ਰਮ, ਗਾਲਾਂ ਦਾ ਉਪਯੋਗ ਕੀਤਾ ਹੋਇਆ ਆ, ਠੀਕ ਆ। ਤੇ ਫੇਰ ਵੀ ਜੇ ਕੋਈ ਕੁੜੀ ਦੇਖਦੀ ਫਿਰ ਉਹਦੇ ਵਿੱਚ ਉਹਦੀ ਗਲਤੀ ਹੈ, ਕਿਉਂਕਿ ਗੰਦ ਨੂੰ ਪ੍ਰਮੋਟ ਦੁਨੀਆ ਕਰਦੀ ਪਈ ਆ, ਠੀਕ ਆ। ਗੰਦ ਨੂੰ ਪ੍ਰਮੋਟ ਕਰ ਦੋ ਯਾਰ, ਜੇ ਗਾਲਾਂ ਕੱਢੀ ਆ ਗੰਦ ਨੂੰ ਪ੍ਰਮੋਟ ਕਰ ਦੋ, ਲਫ਼ਜ਼ ਜਿਹੜੇ ਵਰਤੇ ਗਏ ਉਹ ਸਹੀ ਨਹੀਂ ਹੈਗਾ, ਬਟ ਜਿੱਦਾਂ ਦੀ ਹਰਕਤ ਦੀ ਮਾਂ ਉਹਦਾ ਦੀ ਆਵਾਜ਼ ਸੁਣੀ ਕਲਿੱਪ ਚੱਕ ਕੇ ਪਾ ਕੀ ਥੱਲੇ ਲੋਕੀ ਆਪਣਾ ਦੋ ਕਮੈਂਟ ਰਿਵਿਊ ਦੇ ਰਹੀ ਆ, ਯੇ ਵੋ ਲੱਲੇ ਪੱਪੇ। ਮੈਂ ਸ਼ਰਤੀਆ ਕਹਿੰਦਾ ਤੁਹਾਡੀ ਕੱਲੀ ਕੱਲੀ ਮਾਂ ਨੇ ਕੱਲੀ ਕੱਲੀ ਭੈਣ ਨੇ ਉਹ ਵੀਡੀਓ ਦੇਖੀ ਆ, ਮੇਰੇ ਮੂੰਹ ਥੁੱਕ ਇਹਦੇ ਮੂੰਹ ਤੇ ਥੁੱਕ ਦੋ ਯਾਰ, ਇਹਦੇ ਕਹੀ ਜਾਂਦਾ ਕਹਿੰਦਾ ਮੇਰੇ ਮੂੰਹ ਤੇ ਥੁੱਕ ਦੋ, ਇਹਦੇ ਮੂੰਹ ਤੇ ਥੁੱਕ ਦੋ ਯਾਰ, ਥੁੱਕ ਦੋ ਕੋਈ ਜਾਣਾ, ਇਹਨੂੰ ਟੈਗ ਕਰੋ ਯਾਰ, ਇਹਨੂੰ ਸਾਡੇ ਨਾਲ ਲਾਈਵ 'ਚ ਲੈ ਕੇ ਆਓ ਖੱਚ ਨੂੰ। ਕਿਸੇ ਨੂੰ ਪਤਾ ਨਹੀਂ ਅੱਜ ਕੱਲ੍ਹ, ਹਰ ਇੱਕ ਦੇ ਮਾਂ ਕੋਲ, ਹਰ ਇੱਕ ਭੈਣ ਕੋਲ ਨਾ ਐਂਡਰਾਇਡ ਫੋਨ ਹੀ ਆ, ਠੀਕ ਹੈ ਨਾ। ਜੇ ਚੱਲ ਹੀ ਬੋਲ ਰਿਹਾ, ਨਿਊਜ਼ਾਂ ਤੇ ਆ ਗਈਆਂ, ਲੋਕਾਂ ਨੇ ਘਰ ਬਹਿ ਕੇ ਦੇਖ ਲਈ, ਗੰਦੇ ਥਾਮੇ ਲੱਗੇ ਹੋਏ, ਮਗਰ ਮੈਨੂੰ ਆ ਗਿਆ ਸਾਲ ਕਿਹੜੀ ਤੇਰੀ ਮਾਂ ਦੇ ਛੋਲੇ ਤੇ ਆਇਆ। ਇੱਕ 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 ਸੈਂਡ ਕਰ ਥੰਬਨੇਲ, ABP ਨਿਊਜ਼ ਦਾ ਨਾਮ ਲਿਆ ਤੂੰ, PTC ਨਿਊਜ਼ ਦਾ ਨਾਮ ਲਿਆ, ਠੀਕ ਆ, ਸਾਰੇ ਚੈਨਲਾਂ ਦਾ ਨਾਮ ਲਿਆ ਤੂੰ, ਕੋਈ ਇੱਕ ਨਿਊਜ਼ ਵਾਲੇ ਦਾ ਥੰਬਨੇਲ ਸੈਂਡ ਕਰ ਜਿਹਦੇ ਤੇ ਗੰਦਾ ਥੰਬਨੇਲ ਲੱਗਿਆ ਹੋਇਆ ਤੇ ਸੈਂਡ ਕੀਤਾ, ਭੇਜ ਇੱਧਰ ਜਲਦੀ ਭੇਜ, ਠੀਕ ਆ। ਤੈਨੂੰ ਫਿਰ ਗੱਲ ਕਰਦਾ ਭੋਸੜੀ ਦਾ ਝੂਠਿਆ ਭੈਣ ਚੋਦਾ ਡਰਾਮਾ ਡੋਲ, ਭੈਣ ਭੌਂਕਦੇ ਹੋ ਕੁੱਤੇ ਹੋ, ਬਾਕੀ ਤੈਨੂੰ ਹੱਲੀ ਵੀ ਸ਼ਰਮ ਹੋਊਗੀ ਨਾ, ਹੱਲੀ ਵੀ ਅੱਗੇ ਆਪਣੀ ਚੀਜ਼ ਦੀ ਫੋਟੋ ਤੇ ਵੀਡੀਓ ਨਾ ਵਾਇਰਲ ਕਰ ਦਿਓ, ਲਾਈਵ ਤਾਂ ਭੈਣ ਚੋਦਾ ਸਾਡੇ ਨਾਲ ਟੈਗ ਕਰੋ ਗੱਲਾਂ ਬਾਬਾ, ਆਹ ਦੇ ਬਾਵੇ ਨੇ ਟੈਗ ਕੀਤਾ, ਆਹ ਅਕਾਊਂਟ ਟੈਗ ਕਰੋ ਇਹਨੂੰ, ਇਹਨੂੰ ਲੈ ਕੇ ਆਓ ਲਾਈਵ ਦੇ ਵਿੱਚ, ਇਹਨੂੰ ਪੁੱਛਦੇ ਆ ਭੈਣ ਚੋਦ ਨੂੰ, ਠੱਟੇ ਸੰਗ ਨੂੰ ਲੱਗੇ ਪਏ ਆ। ਚਾਰ ਵੀਡੀਓ ਤੋਂ ਮਾਂ ਚੋਦ ਹੋ ਪਈ ਆ, ਇੰਨੀ ਗਲਤੀ ਆ, ਕੋਈ ਸੋਸ਼ਲ ਮੀਡੀਆ ਐਕਟਿਵ ਆ, ਕੋਈ ਸੋਸ਼ਲ ਮੀਡੀਆ ਐਕਟਿਵ ਨਹੀਂ ਆ, ਜਿਹੜਾ ਸੋਸ਼ਲ ਮੀਡੀਆ ਐਕਟਿਵ ਆ ਉਹਦੀ ਮਿੱਟੀ ਪੀਲੇ ਦਾ ਮਾਂ ਸੋਸ਼ਲ ਮੀਡੀਆ, ਸੋਸ਼ਲ ਮੀਡੀਆ, ਸੋਸ਼ਲ ਮੀਡੀਆ, ਸੋਸ਼ਲ ਮੀਡੀਆ, ਸੋਸ਼ਲ ਮੀਡੀਆ, ਸੋਸ਼ਲ ਮੀਡੀਆ, ਕਰੋ ਟੈਗ, ਟੈਗ ਕਰੋ ਇਹਨੂੰ ਭੈਣ ਚੋਦ ਨੂੰ, ਇਹਨੂੰ ਕਹਿ ਲਾਈਵ ਚਾ ਓਏ। ਪਹਿਲਾਂ ਆਪਾਂ ਕਹਿੰਦੇ ਸੀਗੇ ਕਿ ਆਹ ਸੁਣ ਲਓ, ਆਹ ਸੁਣ ਲਓ, ਫਾਲੋਅਰਸ ਨਹੀਂ ਹੈਗੇ ਸਾਡੇ, ਸਬਸਕ੍ਰਾਈਬਰ ਨਹੀਂ ਹੈਗੇ ਸਾਡੇ ਪਿੱਛੇ, ਕੋਈ ਨਹੀਂ ਹੈਗਾ ਸਾਡੇ ਪਿੱਛੇ, ਹੁਣ ਸਾਨੂੰ ਪਤਾ ਹੈ ਕਿ ਹਾਂ ਸਾਨੂੰ ਕੋਈ ਵੀ ਮਿਲਦਾ ਹੈ, ਅੱਜ ਤੱਕ ਕਦੀ ਕਿਸੇ ਨੇ ਇਹ ਨਹੀਂ ਕਿਹਾ ਕਿ ਹਾਂ ਨਾ ਤੁਸੀਂ, ਮੂੰਹ ਦੇਖ ਲਓ ਤੇਰੇ ਪਿੱਛੇ, ਪੁੱਤ ਤੇਰੇ ਪਿੱਛੇ ਹੈਗਾ, ਮੂੰਹ ਦੇਖ ਕਿੱਡਾ, ਮੂੰਹ ਦੇਖ ਲਓ ਤਾਂ ਕਿੱਡਾ, ਕਮੈਂਟਸ ਆਉਂਦੇ ਪਏ ਕਿ ਦੀ ਤੁਸੀਂ ਬਹੁਤ ਵਧੀਆ ਮਤਲਬ ਵੀਡੀਓਸ ਪਾਉਂਦੇ ਆ, ਥੋੜੇ ਜਿਹਾ ਮੈਂ ਟਾਈਟਲ ਦਾ ਹੁੰਦਾ ਹਨਾ, ਟਾਈਟਲ ਕਿਉਂ ਚੇਂਜ ਕਰਿਆ ਕਰੋ, ਹੁਣ ਸਾਨੂੰ ਪਤਾ ਹੈ ਕਿ ਤੁਸੀਂ ਦੇਖਣਾ ਹੀ ਆ ਕੁਝ ਵੀ ਬੰਦਾ ਉਦਾਂ ਦੇ ਟਾਈਟਲ ਪਾਉਂਦਾ ਆ, ਦੇਖਿਆ ਆ ਗਈ ਨਾ ਭੈਣ ਚੋਦ ਉਹੀ ਗੱਲਾਂ ਤੇ, ਸਲਾਹ ਦੇਖ ਲੋ ਕੌਣ ਦੇ ਰਿਹਾ, ਵੀਡੀਓ ਪਾਓ ਤੇ ਜੋ ਮਰਜ਼ੀ ਕਮੈਂਟ ਮਾਰੋ, ਜੋ ਮਰਜ਼ੀ ਕਰੋ, ਠੀਕ ਆ, ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਨੇ। ਮੂੰਹ ਦਾ ਦੇਖ ਲੈ ਕਿੱਡਾ, ਬਾਕੀ ਇਹ ਵੀਡੀਓ ਸਟਾਰਟਿੰਗ ਤੋਂ ਕਰਨ ਤੋਂ ਪਹਿਲਾਂ ਤੇ ਮੈਂ ਇਹ ਜ਼ਰੂਰ ਲਿਖ ਲੂਗੀ ਕੁੜੀਆਂ ਇਸ ਤੋਂ ਦੂਰ ਰਹਿਣ, ਤੇ ਸਟਾਰਟਿੰਗ ਦੇ ਵਿੱਚ ਵੀ ਕਹਿ ਦੂੰਗੀ ਤੇ ਨਾਲੇ ਥੰਬਨੇਲ ਦੇ ਵਿੱਚ ਵੀ ਇਹੀ ਪਾਉਂਗੇ, ਕੁੜੀਆਂ ਵੀਡੀਓ ਨਾ ਦੇਖੋ, ਠੀਕ ਹੈ ਗਾਇਸ, ਬਾਏ ਬਾਏ, ਸਤਿ ਸ੍ਰੀ ਅਕਾਲ। ਬਾਕੀ ਜਿਹੜੇ ਪੇਜਾਂ ਵਾਲੇ ਜੇ ਹਾਲੇ ਵੀ ਥੋੜੀ ਬਹੁਤੀ ਸ਼ਰਮ ਹੈਗੀ ਆਪਣੀ ਮਾਵਾਂ ਭੈਣਾਂ ਨੂੰ ਬਿਨਾਂ ਗੱਲੋ ਗਾਲਾ ਕਢਵਾ ਦਿੰਦੇ ਤੁਸੀਂ, ਠੀਕ ਆ, ਤੇ ਉਹ ਕਰ ਲਓ ਡਿਲੀਟ ਕਰ ਸਕਦੇ, ਅਸੀਂ ਕਿਉਂ ਕਰੀਏ ਭਾਈ ਡਿਲੀਟ, ਅਸੀਂ ਤਾਂ ਪਾਵਾਂਗੇ, ਅਸੀਂ ਤਾਂ ਜਲੂਸ ਕੱਢਾਂਗੇ, ਤੁਹਾਡਾ ਸਿਰਾ ਲਾ ਕੇ ਰੱਖਾਂਗੇ ਕੰਮ। ਰੋਸਟ ਜਿਹਨੇ ਰੋਸਟ ਵੀ ਕਰਨਾ ਹੁੰਦਾ ਨਾ, ਇਹਦੀ ਵੀਡੀਓ ਦੇਖਣ ਲੱਗੇ ਬਾਈ ਦਿਮਾਗ ਖਰਾਬ ਹੋ ਜਾਂਦਾ ਭੈਣ ਚੋ, ਪਾਗਲ ਕਰ ਦਿੰਦਾ ਇਹ ਬੰਦਾ, ਇਹਦੀ ਵੀਡੀਓ ਦੇਖਣੀ ਬਹੁਤ ਔਖੀ ਆ ਬਾਈ, ਜ਼ਹਿਰ ਆ ਭੈਣ ਦਾ ਨੇਰਾ, ਬਹੁਤ ਔਖੀ ਆ ਇਹਦੀ ਵੀਡੀਓ ਦੇਖਣੀ, ਆਇਆ ਹੀ ਨਹੀਂ ਭੈਣ ਚੋ, ਟੈਗ ਵੀ ਕੀਤਾ ਬੜੇ ਜਣਿਆਂ ਨੇ ਇਹਨੂੰ।
ਪਤਾ ਨਹੀਂ ਹੁਣ ਕੀ ਪਤਾ ਫੇਕ ਫੂਕ ਅਕਾਊਂਟ ਤੋਂ ਦੇਖਦਾ ਹੋਵੇ ਕਿਸੇ ਤੋਂ ਫੜ ਦੋ ਟੱਟੇ ਮੈਨੂੰ ਤਾਂ ਬਲੌਕ ਕੀਤਾ ਇਹਨੇ।